ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਿਸ ਤਰੀਕੇ ਦੇ ਹਾਲਾਤ ਜਲੰਧਰ ਦੇ ਵਿੱਚ ਬਣੇ ਹੋਏ ਹੈ? ਪੰਜਾਬ ਵਾਈਸ ਪ੍ਰੈਜ਼ੀਡੈਂਟ ਔਰ ਨਾਲ ਦੀ ਨਾਲ ਸੀਨੀਅਰ ਬੀਜੇਪੀ ਆਗੂ ਸੁਭਾਸ਼ ਸ਼ਰਮਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ। ਕਿਸ ਤਰੀਕੇ ਦੇ ਹਾਲਾਤ ਨੇ, ਚੋਣ ਪ੍ਰਚਾਰ ਦੌਰਾਨ ਕਿਹੜੇ ਕਿਹੜੇ ਮੁੱਦੇ ਲੋਕਾਂ ਦੇ ਵਿਚਕਾਰ ਰੱਖੇ ਗਏ? ਔਰ ਉੱਥੇ ਹੀ ਦੱਸ ਦਈਏ ਕਿ ਸੁਭਾਸ਼ ਸ਼ਰਮਾ ਜਿਹੜੇ ਉਚੇਚੇ ਤੌਰ 'ਤੇ ਅੱਜ ਜਲੰਧਰ ਵੀ ਪਹੁੰਚੇ ਹੈ। ਮੁੱਦੇ ਖਾਸ ਜਿਹੜੇ ਨੇ ਰੱਖਾਂਗੇ, ਕਿਉਂਕਿ ਆਮ ਆਦਮੀ ਪਾਰਟੀ ਆਪਣੇ ਮੁੱਦੇ ਗਿਣਾ ਰਹੀ, ਅਸੀਂ ਇਹ ਵਿਕਾਸ ਕੀਤਾ ਔਰ ਆਉਣ ਵਾਲੇ ਸਮੇਂ 'ਚ ਨਸ਼ਾ ਜਿਹੜਾ ਹੈ ਉਹ ਖਤਮ ਕਰਾਂਗੇ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ, ਇੱਕ ਸਾਲ ਦਾ ਕਹਿੰਦੇ ਸਮਾਂ ਦਿੱਤਾ ਹੈ, ਇੱਕ ਸਾਲ ਦੇ ਵਿੱਚ ਨਸ਼ਾ ਖਤਮ ਕਰ ਦਾਂਗਾ ਆਮ ਆਦਮੀ ਪਾਰਟੀ? ਨਹੀਂ, ਆਮ ਆਦਮੀ ਪਾਰਟੀ ਨੇ ਤਾਂ ਜਦੋਂ ਚੋਣਾਂ ਸੀ ਵਿਧਾਨ ਸਭਾ ਦੀਆਂ 22 ਦੀਆਂ, ਉਹਦੇ ਪਹਿਲਾਂ ਕੇਜਰੀਵਾਲ ਸਾਹਿਬ ਨੇ ਔਰ ਭਗਵੰਤ ਮਾਨ ਸਾਹਿਬ ਨੇ ਗਰੰਟੀ ਦਿੱਤੀ ਸੀ ਕਿ 1 ਮਹੀਨੇ ਦੇ ਅੰਦਰ ਨਸ਼ਿਆਂ ਦਾ ਲੱਕ ਤੋੜਾਂਗੇ। 2.5 ਸਾਲ ਹੋ ਗਏ, ਲੱਕ ਜ਼ਰੂਰ ਟੁੱਟਿਆ ਪਰ ਉਹਨਾਂ ਮਾਵਾਂ ਦਾ ਟੁੱਟਿਆ ਜਿਨ੍ਹਾਂ ਦੇ ਬੱਚੇ ਤੁਰ ਗਏ ਪਿਛਲੇ 2.5 ਸਾਲਾਂ 'ਚ ਨਸ਼ਿਆਂ ਦੀ ਭੇਟ ਚੜ ਗਏ, ਰੋਜ਼ ਨਸ਼ੇ ਦੀ ਓਵਰਡੋਜ਼ ਨਾਲ ਬੱਚੇ ਮਰ ਰਹੇ ਆ। ਸੋ ਲੋਕ ਇਹਨਾਂ ਦੀ ਅਸਲੀਅਤ ਜਾਣਗੇ। ਇਹ ਕਾਠ ਦੀ ਆਂਡੀ ਵਾਰ ਵਾਰ ਨਹੀਂ ਚੜ੍ਹਦੀ, ਇੱਕ ਵਾਰੀ ਚੜ੍ਹ ਗਈ ਸੀ, ਐਰਕੀ ਨਹੀਂ ਚੜ੍ਹਨੀ। ਲੋਕਾਂ ਨੂੰ ਪਤਾ ਹੈ ਕਿ ਨਸ਼ਾ ਬਚਾਉਣ ਵਾਲੇ ਤਾਂ ਇਹੀ ਨੇ, ਇਹਨਾਂ ਦੇ MLA ਕਹਿ ਰਹੇ ਨੇ, ਕੁੰਵਰ ਵਿਜੇ ਪ੍ਰਤਾਪ ਸਾਹਿਬ ਕੀ ਕਹਿ ਰਹੇ ਨੇ, ਅੰਮ੍ਰਿਤਸਰ ਸੈਂਟਰਲ ਦੇ MLA ਕੀ ਕਹਿ ਰਹੇ ਨੇ, ਚੋਣਾਂ ਦੀਆਂ ਮੀਟਿੰਗਾਂ 'ਚ ਖੜੇ ਹੋ ਕੇ ਕਹਿ ਰਹੇ ਨੇ ਜੀ ਸਾਡੇ ਰਾਹ 'ਚ ਨਸ਼ਾ ਵਿਕ ਰਿਹਾ, ਅਸੀਂ ਕੁਛ ਕਰ ਨਹੀਂ ਪਾ ਰਹੇ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੈ, ਇਹ ਦਿਖਾਉਣ ਵਾਲੇ ਦੰਦ ਹੈ, ਇਹਨਾਂ ਦਾ ਕੋਈ ਇੰਟਰਸਟ ਨਹੀਂ ਨਸ਼ਾ ਖਤਮ ਕਰਨ ਨੂੰ, ਨਸ਼ਾ ਮਾਫੀਆ ਨੂੰ ਤਾਂ ਸ਼ਾਹੀ ਸਰਕਾਰ ਦੇ ਰਹੀ ਹੈ। ਸੁਭਾਸ਼ ਜੀ, ਹੁਣ ਤੁਸੀਂ ਲੋਕਾਂ 'ਚ ਚੋਣ ਪ੍ਰਚਾਰ ਕਰ ਰਹੇ ਹੋ, ਕਿਹੜੇ ਮੁੱਦੇ ਲੈ ਕੇ ਉਹਨਾਂ ਦੇ ਕੋਲ ਗਏ ਸੀ ਔਰ ਅੱਗੋਂ ਹੁਣ ਬੀਜੇਪੀ ਦੀ ਸਥਿਤੀ ਕੀ ਹੈ ਖਾਸ ਤੌਰ 'ਤੇ ਜਲੰਧਰ ਦੇ ਵਿੱਚ? ਦੇਖੋ, ਸਾਡੇ ਮੁੱਦੇ ਬੜੇ ਸਪਸ਼ਟ ਸੀ ਕਿ 2.5 ਸਾਲ ਜਿਹੜਾ ਧਰੋਹ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤਾ, ਜਿਹੜਾ ਵਿਸ਼ਵਾਸਘਾਤ, ਜਿਹੜਾ ਧੋਖਾ ਆਮ ਆਦਮੀ ਪਾਰਟੀ ਨੇ ਕੀਤਾ, ਇਹਨਾਂ ਨੂੰ ਅਸੀਂ ਐਕਸਪੋਜ਼ ਕੀਤਾ। ਕਾਂਗਰਸ ਪਾਰਟੀ ਦਾ ਜੋ ਰਵੱਈਆ ਪੰਜਾਬ ਪ੍ਰਤੀ ਰਿਹਾ, ਕਿਵੇਂ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਇਹ ਵੀ ਗੱਲ ਲੋਕਾਂ ਦੇ ਸਾਹਮਣੇ ਅਸੀਂ ਰੱਖੀ ਹੈ, ਲੋਕ ਭੁੱਲੇ ਨਹੀਂ ਹੈ ਕਾਂਗਰਸ ਨੂੰ ਹੱਲੇ। ਔਰ ਦੂਜੇ ਬੰਨੇ ਬੀਜੇਪੀ ਮੋਦੀ ਸਾਹਿਬ ਦੇ ਰਾਜ 'ਚ ਕਿਵੇਂ ਹਿੰਦੁਸਤਾਨ ਨੇ ਤਰੱਕੀ ਕੀਤੀ ਹੈ, ਕਿਹੜੀਆਂ ਕਿਹੜੀਆਂ ਸਕੀਮਾਂ ਹਿੰਦੁਸਤਾਨ 'ਚ ਮੋਦੀ ਸਾਹਿਬ ਲੈ ਕੇ ਆਏ, ਪੰਜਾਬ ਨੂੰ ਮੋਦੀ ਸਾਹਿਬ ਨੇ ਕੀ ਦਿੱਤਾ, ਕਿਉਂ ਲੋਕਾਂ ਨੂੰ ਆਮ ਆਦਮੀ ਪਾਰਟੀ ਔਰ ਕਾਂਗਰਸ ਛੱਡ ਕੇ ਮੋਦੀ ਸਾਹਿਬ ਨਾਲ ਬੀਜੇਪੀ ਨਾਲ ਜੁੜਨਾ ਚਾਹੀਦਾ, ਇਸੇ ਮੁੱਦੇ 'ਤੇ ਲੈ ਕੇ ਅਸੀਂ ਇਲੈਕਸ਼ਨ ਲੜੀ ਸੀਗੀ ਔਰ ਮੈਨੂੰ ਲੱਗਦਾ ਕਿ ਬਹੁਤ ਅੱਛਾ ਰਿਸਪੌਂਸ ਹੈ। ਘਰ ਘਰ ਗਲੀ ਗਲੀ ਇਹ ਗੱਲ ਚੱਲ ਰਹੀ ਹੈ ਕਿ ਆਪਾਂ ਝਾੜੂ ਵਾਲੇ ਦੇਖ ਲਏ, ਕਾਂਗਰਸ ਵਾਲੇ ਦੇਖ ਰਹੇ ਆ ਕਿ ਬੀਜੇਪੀ ਨੂੰ ਅਜਮਾਉਣਾ ਹੈ। ਔਰ ਸਾਡਾ ਜਿਹੜਾ MLA ਦਾ ਕੈਂਡੀਡੇਟ ਆ, ਉਹਨੇ ਬਹੁਤ ਸੇਵਾ ਵੀ ਕੀਤੀ ਹੈ, ਸਿਟਿੰਗ MLA ਸੀ 2 ਸਾਲ 2.5 ਸਾਲ, ਉਹ ਸਿਧਾਂਤਾਂ 'ਤੇ ਪਾਰਟੀ ਛੱਡ ਕੇ ਆਇਆ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਪੋਜ਼ਿਟਿਵ ਰਿਜ਼ਲਟ ਆਏਗਾ ਔਰ ਇੱਕ ਸ਼ਾਨਦਾਰ ਜਿੱਤ ਬੀਜੇਪੀ ਦੀ ਹੋਏਗੀ। ਕਾਂਗਰਸ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਦੀ ਹੈ ਔਰ ਆਮ ਆਦਮੀ ਪਾਰਟੀ ਬੀਜੇਪੀ ਔਰ ਕਾਂਗਰਸ ਦੇ ਖਿਲਾਫ ਬੋਲਦੇ ਹੈ, ਤਾਂ ਪੰਜਾਬ 'ਚ ਹਾਲਾਤ ਕੀ ਨੇ ਔਰ ਸੈਂਟਰ 'ਚ ਹਾਲਾਤ ਕੀ ਨੇ, ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਦੇ ਹਾਲਾਤ? ਔਰ ਦੇਖੋ, ਰੋਜ਼ ਤਾਂ ਗੋਲੀ ਚੱਲ ਰਹੀ ਹੈ, ਲੁਧਿਆਣੇ 'ਚ ਸ਼ਰੇਆਮ ਦਿਨ ਦਿਹਾੜੇ ਹਮਲਾ ਹੋ ਜਾਂਦਾ ਹੈ, ਕੱਲ੍ਹ ਤੁਸੀਂ ਦੇਖਿਆ ਕਿੰਨੀ ਗੋਲੀ ਚੱਲੀ ਹੈ, 2 ਨੌਜਵਾਨ ਮਰ ਗਏ ਨੇ, ਅੱਜ ਵੀ ਮੈਨੂੰ ਪਤਾ ਚੱਲਿਆ ਕਿ ਬਠਿੰਡੇ 'ਚ ਇੱਕ ਵਾਰਦਾਤ ਹੋ ਗਈ ਹੈ। ਸੋ ਰੋਜ਼ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ, ਅਮਨ ਕਾਨੂੰਨ ਦਾ ਜਨਾਜ਼ਾ ਨਿਕਲਿਆ ਹੋਇਆ ਪੰਜਾਬ 'ਚ, ਔਰ ਇਹਦੇ ਲਈ ਜ਼ਿੰਮੇਦਾਰ ਮੁੱਖ ਮੰਤਰੀ ਹੈ, ਗ੍ਰਹਿ ਮੰਤਰੀ ਵੀ ਉਹੀ ਨੇ। ਸੋ ਉਹਨਾਂ ਦਾ ਧਿਆਨ ਹੀ ਨਹੀਂ ਹੈ ਕਾਨੂੰਨ ਵਿਵਸਥਾ ਦਾ ਰਾਜ ਕਾਇਮ ਕਰਨ 'ਚ। ਸੋ ਇਸ ਕਰਕੇ ਲਾਅ ਐਂਡ ਆਰਡਰ ਇੱਕ ਬੜਾ ਵੱਡਾ ਮਸਲਾ ਹੈ ਔਰ ਖਾਸ ਕਰਕੇ ਜਲੰਧਰ ਸ਼ਹਿਰ 'ਚ ਬਹੁਤ ਵੱਡੀ ਵਪਾਰੀਆਂ ਦੀ ਆਬਾਦੀ ਹੈ, ਬਹੁਤ ਸਾਰੇ ਲੋਕ ਮੁਲਾਜ਼ਮ ਨੇ, ਬਹੁਤ ਸਾਰੇ ਲੋਕ ਮਿਹਨਤਕਸ਼ ਨੇ, ਉਹ ਸਾਰਿਆਂ ਨੂੰ ਲੱਗਦਾ ਕਿ ਯਾਰ ਸਾਡੇ ਬੱਚੇ ਸੁਰੱਖਿਅਤ ਨਹੀਂ ਹੈਗੇ। ਸੋ ਇਸ ਕਰਕੇ ਇਸ ਇਲੈਕਸ਼ਨ 'ਚ ਲਾਅ ਐਂਡ ਆਰਡਰ ਵੀ ਇੱਕ ਵੱਡਾ ਮੁੱਦਾ ਬਣਿਆ। ਤਜਰਬਾ ਤੁਹਾਨੂੰ ਸਿਆਸਤ 'ਚ ਹੋ ਗਿਆ, ਇੱਕ ਜ਼ਿਮਨੀ ਚੋਣ ਦੇ ਵਿੱਚ ਮੁੱਖ ਮੰਤਰੀ ਖੁਦ ਜਲੰਧਰ ਪਹੁੰਚੇ ਹੈ, ਬਾਕੀ ਵਿਧਾਇਕ ਪਹੁੰਚੇ ਹੈ, ਮੰਤਰੀ ਚੇਅਰਮੈਨ ਸਾਰੇ, ਐਡਾ ਇਸ ਜ਼ਿਮਨੀ ਚੋਣ ਦੇ ਵਿੱਚ ਕੀ ਵੱਡਾ ਦੇਖਣ ਨੂੰ ਮਿਲ ਰਿਹਾ? ਡਰ ਹੈ ਨਾ, ਹਾਰ ਦਾ ਡਰ ਹੈ ਔਰ ਹਾਰ ਸਾਹਮਣੇ ਕੰਨ 'ਤੇ ਲਿਖੀ ਦਿਖਦੀ ਪਈ ਹੈ। ਆਲਰੇਡੀ 13-0 ਕਰਦੇ ਸੀ, 3-0 'ਤੇ ਆ ਗਏ ਔਰ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਵੀ ਬੁਰੀ ਤਰ੍ਹਾਂ ਹਾਰ ਹੋਣ ਵਾਲੀ ਹੈ। ਲੋਕ ਸਭਾ 'ਚ ਵੀ 3 ਨੰਬਰ 'ਤੇ ਸੀ, ਇਸ ਵਿਧਾਨ ਸਭਾ 'ਚ ਹੁਣ ਵੀ 3 ਨੰਬਰ 'ਤੇ ਹੀ ਨੇ।
ਆਮ ਆਦਮੀ ਪਾਰਟੀ ਲੜਾਈ 'ਚ ਨਹੀਂ ਹੈ, ਇੱਥੇ ਲੜਾਈ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਦੀ ਚੱਲ ਰਹੀ ਹੈ, ਮੁਕਾਬਲਾ ਕਾਂਗਰਸ ਔਰ ਬੀਜੇਪੀ 'ਚ ਹੈ। ਇਹ ਤਾਂ ਤੀਜੇ ਨੰਬਰ 'ਤੇ ਹੈ, ਪੱਕੇ ਜਾਂ ਤੀਜੇ ਨੰਬਰ 'ਤੇ ਹੈ, ਇੱਕ ਨੰਬਰ 'ਤੇ ਦੱਸ ਰਹੇ ਦੱਸਣ ਨੂੰ ਤਾਂ ਯਾਰ 13-0 ਵੀ ਕਹੀ ਜਾਂਦੇ ਸੀ, ਇਹਨਾਂ ਦੱਸਣ ਨਾਲ ਕੀ ਤਾਂ ਲੋਕੀ ਜੋ ਦੱਸ ਰਹੇ ਤੁਹਾਨੂੰ ਮੈਂ ਉਹ ਦੱਸ ਰਿਹਾ। ਮੈਂ ਤਾਂ ਕੌਨਸ਼ੀਅਸ ਵੀ ਘੁੰਮਦਾ ਪਿਆ, ਲੋਕ ਕਹਿੰਦੇ ਯਾਰ ਇਹ ਤਾਂ ਕਿਤੇ ਨਹੀਂ ਹੈਗੇ। ਜੇ ਬੀਜੇਪੀ ਦਾ ਕੋਈ ਥੋੜ੍ਹਾ ਬਹੁਤ ਮੁਕਾਬਲਾ ਕਿਸੇ ਪਾਰਟੀ ਨਾਲ ਦਿਖ ਰਿਹਾ ਤਾਂ ਕਾਂਗਰਸ ਨਾਲ ਦਿਖ ਰਿਹਾ, ਔਰ ਉਹ ਵੀ ਬਹੁਤ ਪਿੱਛੇ ਹੈ, ਬੀਜੇਪੀ ਬਹੁਤ ਅੱਗੇ ਦਿਖ ਰਹੀ ਹੈ ਇਸ ਵੇਲੇ। ਸੋ ਇਹ ਨੰਬਰ 2 ਨੰਬਰ 3 ਦੀ ਲੜਾਈ ਲੜ ਰਹੀ ਹੈ ਕਾਂਗਰਸ ਔਰ ਆਮ ਆਦਮੀ ਪਾਰਟੀ, ਔਰ ਇਹ ਜਿਹੜੀ ਫਰਸਟ੍ਰੇਸ਼ਨ ਹੈ, ਹਾਰ ਜਿਹੜੀ ਦਿਖ ਰਹੀ ਹੈ, ਉਹਦੇ ਕਰਕੇ ਮੁੱਖ ਮੰਤਰੀ ਸਾਰਾ, ਉਹਨਾਂ ਦਾ ਪਰਿਵਾਰ, ਸਾਰੇ MLA ਮੰਤਰੀ, ਸਾਰੀ ਸਰਕਾਰ ਝੁੰਕੀ ਹੋਈ ਆ, ਔਰ ਕਿਸ ਤਰ੍ਹਾਂ ਦੇ ਕ੍ਰਿਮੀਨਲ ਲੋਕਾਂ ਨੂੰ ਲਿਆ ਲਿਆ ਕੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਉਹ ਤੋਂ ਸਾਫ ਦਿਖ ਰਿਹਾ ਕਿ ਹਾਰ ਸਪਸ਼ਟ ਹੈ। ਲੇਕਿਨ ਮੁੱਖ ਮੰਤਰੀ ਪਹੁੰਚ ਕੇ, ਵਿਧਾਇਕ ਪਹੁੰਚ ਕੇ, ਬਾਕੀ ਜ਼ਿਲ੍ਹਿਆਂ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿਵੇਂ ਸੈਟਅਪ ਹੋਊਗੀ, ਕਿਵੇਂ ਉਹ ਵਿਧਾਇਕ ਆਪਣਾ ਉੱਥੋਂ ਕੰਮ ਕਰਨਗੇ, ਮੰਤਰੀ ਕਿਵੇਂ ਕੰਮ ਕਰਨਗੇ, ਜੇਕਰ ਸਾਰੇ ਜਲੰਧਰ 'ਚ ਜਿਵੇਂ ਬਹਿ ਗਏ ਹੁੰਦੇ ਕੰਮ ਕਰਨ 'ਚ, ਇਹਨਾਂ ਦਾ ਇੰਟਰਸਟ ਹੈ ਕਿੱਥੇ? ਇਹ ਕੰਮ ਕਰਦੇ ਕਿੱਥੇ ਹੈ? ਜਦੋਂ ਇਹ ਚੰਡੀਗੜ੍ਹ ਬੈਠੇ ਉਦੋਂ ਵੀ ਕਿਹੜਾ ਕੰਮ ਕਰਦੇ ਆ? ਲਾਅ ਐਂਡ ਆਰਡਰ ਉਦੋਂ ਵੀ ਕਿਹੜਾ ਠੀਕ ਕਰਦੇ ਆ? ਇਹਨਾਂ ਦਾ ਕੋਈ ਇੰਟਰਸਟ ਨਹੀਂ, ਨਾ ਇਹਨਾਂ 'ਚ ਯੋਗਤਾ, ਨਾ ਇਹਨਾਂ 'ਚ ਕਾਬਲੀਅਤ ਹੈ, ਨਾ ਇਹਨਾਂ ਦੀ ਮੰਸ਼ਾ ਹੈ। ਇਹ ਤਾਂ ਬਰਬਾਦ ਕਰਨ ਆਏ ਆ ਪੰਜਾਬ ਨੂੰ। 2.5 ਸਾਲਾਂ ਜੋ ਬਰਬਾਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕੀਤੀ ਆ, ਲੋਕ ਤਾਂ ਕੰਨਾਂ ਨੂੰ ਹੱਥ ਲਾਉਣ ਲੱਗ ਪਏ, ਕਹਿੰਦੇ ਯਾਰ ਕਾਂਗਰਸ ਅਤੇ ਅਕਾਲੀ, ਉਹਨਾਂ ਨੇ ਵੀ ਐਡਾ ਬੇੜਾ ਗਰਕ ਨਹੀਂ ਕੀਤਾ ਸੀ, ਇੰਨਾ ਭ੍ਰਿਸ਼ਟਾਚਾਰ ਉਹਨਾਂ ਦੇ ਰਾਜ 'ਚ ਵੀ ਨਹੀਂ ਸੀ, ਇੰਨਾ ਮਾਫੀਆ ਉਹਨਾਂ ਦੇ ਰਾਜ 'ਚ ਵੀ ਨਹੀਂ ਚੱਲਦਾ ਸੀ ਜਿੰਨਾ ਝਾੜੂ ਵਾਲਿਆਂ ਦੇ ਰਾਜ 'ਚ ਚੱਲ ਰਿਹਾ। ਸੋ ਇਸ ਕਰਕੇ ਇਹ ਹੋਏ ਨਾ ਹੋਏ ਇੱਕ ਬਰਾਬਰ ਹੀ ਹੈ। ਔਰ ਇਹ ਵੀ ਚਰਚਾ, ਇੱਕ ਤੁਹਾਡੇ ਉਮੀਦਵਾਰ ਸ਼ੀਤਲ ਗੁਰਾਲ ਦਾ ਵੀ ਕਹਿਣਾ ਸੀ ਵੀ ਇਹ ਕੂਲਰ ਮਸ਼ੀਨਾਂ ਦੇ ਕੇ ਵੋਟ ਖਰੀਦ ਰਿਹਾ, ਅੱਜ ਇੱਕ ਹੋਰ ਚਰਚਾ ਸਾਹਮਣੇ ਆਈ ਹੈ, ਫਿਲਹਾਲ ਅਸੀਂ ਪੁਸ਼ਟੀ ਨਹੀਂ ਉਸ ਚੀਜ਼ ਦੀ ਕਰਦੇ, ਵੀ ਲੋਕ ਕਹਿੰਦੇ ਵੀ 1000 ਰੁਪਇਆ ਦੇ ਰਹੇ ਆ ਔਰ ਕਹਿ ਰਹੇ ਵੋਟ ਦੇ ਜਾਓ, 1000 ਰੁਪਇਆ ਲੈ ਜਾਓ। ਦੇਖੋ ਕੇਜਰੀਵਾਲ ਸਾਹਿਬ ਦਾ ਫਾਰਮੂਲਾ ਇਹਨਾਂ 'ਤੇ ਲਾਗੂ ਹੋ ਜਾਣਾ ਹੈ। ਉਹ ਕਹਿੰਦੇ ਸੀ ਲੋਕਾਂ ਨੂੰ ਵੀ ਇਹ ਦੂਜੀਆਂ ਪਾਰਟੀਆਂ ਵਾਲੇ ਆਉਣਗੇ, ਇਹਨਾਂ ਤੋਂ ਪੈਸੇ ਲੈ ਲਿਓ, ਵੋਟ ਝਾੜੂ ਨੂੰ ਪਾ ਦਿਓ ਯਾਰ, ਕੀ ਉਲਟਾ ਹੋ ਰਿਹਾ, ਇਹਨਾਂ ਕੋਲ ਲੋਕਾਂ ਨੇ ਕੂਲਰ, ਫਰਿੱਜ, ਏਸੀ, ਪੈਸੇ ਸਭ ਲੈ ਲੈਣੇ ਆ, ਵੋਟਾਂ ਲੋਕਾਂ ਨੇ ਬੀਜੇਪੀ ਨੂੰ ਪਾਣੀ ਹੈ, ਕਿਉਂਕਿ ਲੋਕ ਪੈਸੇ ਲੈ ਕੇ ਵੋਟ ਨਹੀਂ ਪਾਉਂਦੇ ਹੁਣ, ਇਹ ਭੁਲੇਖੇ 'ਚ ਬੈਠੇ ਆ, ਜੇ ਪਾਉਂਦੇ ਹੁੰਦੇ ਤਾਂ ਇਹ ਕਦੀ ਨਾ ਜਿੱਤਦੇ। ਦੇਖੋ ਇਹ ਇਸ ਗੱਲ ਨੂੰ ਇਹ ਨਹੀਂ ਸਮਝ ਪਾ ਰਹੇ ਵੀ ਜੇ ਪਿਛਲੀ ਵਾਰੀ 22 'ਚ ਇਹਨਾਂ ਦੇ ਐਸੇ ਐਸੇ MLA ਜਿਹਨਾਂ ਨੂੰ ਕੋਈ ਜਾਣਦਾ ਨਹੀਂ ਸੀ, ਉਹ ਜਿੱਤ ਗਏ ਵੱਡੇ ਵੱਡੇ ਧਨਾੜਾਂ ਦੇ ਸਾਹਮਣੇ, ਕਿਉਂ ਜਿੱਤ ਗਏ ਸੀ? ਅੱਜ ਇਹ ਉਸੇ ਰਸਤੇ 'ਤੇ ਚੱਲ ਪਏ ਜਿਸ ਰਸਤੇ 'ਤੇ ਕਦੀ ਅਕਾਲੀ ਚੱਲਦੇ ਸੀ, ਕਾਂਗਰਸੀ ਚੱਲਦੇ ਸੀ। ਇਹਦਾ ਕੋਈ ਫਾਇਦਾ ਨਹੀਂ ਹੋਣਾ, ਇਹਨਾਂ ਦਾ ਸਭ ਧਰਿਆ ਧਰਾਇਆ ਰਹਿ ਜਾਣਾ, ਤੀਜੀ ਨੰਬਰ 'ਤੇ ਆਉਣਾ, ਬੁਰੀ ਤਰ੍ਹਾਂ ਹਾਰ ਹੋ ਰਹੀ ਆ। ਮਾਜੀ ਜਿੱਤ ਬੀਜੇਪੀ ਦੀ ਹੈ, ਨਿਸ਼ਚਿਤ ਬੀਜੇਪੀ ਜਿੱਤੇਗੀ, ਜਲੰਧਰ ਵੈਸਟ ਕਮਲ ਖਿਲੇਗਾ। ਬਿਲਕੁਲ ਧੰਨਵਾਦ। ਤਾਂ ਪੰਜਾਬ ਵਾਈਸ ਪ੍ਰੈਜ਼ੀਡੈਂਟ ਸੁਭਾਸ਼ ਸ਼ਰਮਾ ਔਰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਦੇ ਉਮੀਦਵਾਰ ਵੀ ਰਹੇ, ਸਿੱਧੇ ਤੌਰ ਦੇ ਉੱਪਰ ਕਿਹਾ ਕਿ ਜਿੱਤ ਜਿਹੜੀ ਉਹ ਬੀਜੇਪੀ ਦੀ ਹੋਣੀ ਹੈ, ਬਾਕੀ ਪਾਰਟੀਆਂ ਦੂਸਰੇ ਔਰ ਤੀਸਰੇ ਨੰਬਰ 'ਤੇ ਆਉਣਗੀਆਂ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ TV ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।